ਪੰਜਾਬ ਦੇ ਉਸ ਗਾਇਕ ਨੂੰ ਇੱਕ ਸੰਦੇਸ਼ ਇੱਕ ਮੈਸੇਜ ਜਿਸਨੇ ਕਿ ਪੰਜਾਬ ਦੇ ਸਾਰਿਆਂ ਬਾਬਿਆਂ ਨੂੰ ਇੱਕ ਚੱਕੀ ਦੇ ਵਿੱਚ ਪੀ ਕਹਿਣ ਤੋਂ ਪਾਪ ਕੇ ਬਾਬਿਆਂ ਦੇ کردار ਨੂੰ ਬਹੁਤ ਨੀਵਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪੰਜੇ ਉਂਗਲਾਂ ਇੱਕ ਬਰਾਬਰ ਤਾਂ ਨਹੀਂ ਹੁੰਦੀਆਂ ਮੇਰਾ ਇਹ ਗੀਤ ਉਸ ਗਾਇਕ ਦੇ ਨਾਲ ਸੰਦੇਸ਼ ਮੈਸੇਜ ਧਿਆਨ ਦੇਣਾ ਚੌਥਾ ਪੈਗ ਲਾ ਕੇ ਬਾਹ ਫੜਨਦੀਆਂ ਗੱਲਾਂ ਕਰਦਾ ਜੋ ਚੌਥਾ ਪੈਗ ਲਾ ਕੇ ਬਾਹ ਫੜਨਦੀਆਂ ਗੱਲਾਂ ਕਰਦਾ ਜੋ ਕਿਹੜੀ ਗੱਲ ਤੋਂ ਸਿੱਖ ਕੌਮ ਨੂੰ ਚੈਲੰਜ ਕਰਦਾ ਓ ਕਿਹੜੀ ਗੱਲ ਤੋਂ ਸਿੱਖ ਕੌਮ ਨੂੰ ਚੈਲੰਜ ਕਰਦਾ ਓ ਔਡੀ ਲੈ ਕੇ ਬਾਬੇ ਨੇ ਕੀ ਜ਼ੁਲਮ ਕਮਾ ਦਿੱਤਾ ਜੋ ਡੀ ਲੈ ਲਈ ਬਾਬੇ ਨੇ ਕੀ ਜ਼ੁਲਮ ਕਮਾ ਦਿੱਤਾ ਤੂੰ ਵੀ ਲੋਕਾਂ ਦੀਆਂ ਇੱਜ਼ਤਾਂ ਨੂੰ ਲਿਮouzine ਦੇ ਵਿੱਚ ਬਿਠਾ ਦਿੱਤਾ ਤੂੰ ਵੀ ਲੋਕਾਂ ਦੀਆਂ ਇੱਜ਼ਤਾਂ ਨੂੰ ਲਿਮouzine ਦੇ ਵਿੱਚ ਬਿਠਾ ਦਿੱਤਾ ਕਬਜ਼ਾ ਲੈਣ ਦੀਆਂ ਗੱਲਾਂ ਕਰਕੇ ਗੀਤਾਂ ਰਹੀ ਕਬਜ਼ਾ ਲੈਣ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਪੜ ਕੌਣ ਐ ਤੂੰ ਹੋ ਨਮੀ ਪੀੜੀ ਦੇ ਹੱਥਾਂ ਵਿੱਚ ਹਥਿਆਰ ਫੜਾਉਣਾ ਐ ਤੂੰ ਨਮੀ ਪੀੜੀ ਦੇ ਹੱਥਾਂ ਵਿੱਚ ਹਥਿਆਰ ਫੜਾਉਣਾ ਐ ਤੂੰ ਪੰਜੇ ਉਂਗਲਾਂ ਇੱਕ ਬਰਾਬਰ ਹੁੰਦੀਆਂ ਨਹੀਂ ਯਾਰਾ ਪੰਜੇ ਉਂਗਲਾਂ ਇੱਕ ਬਰਾਬਰ ਹੁੰਦੀਆਂ ਨਹੀਂ ਯਾਰਾ ਕੱਠੀ ਕੀਤੀ ਰਸਦ ਬਣਦੀ ਭੁੱਖੇ ਦੁਖੀਆਂ ਦਾ ਸਹਾਰਾ ਕੱਠੀ ਕੀਤੀ ਰਸਦ ਬਣੇ ਭੁੱਖੇ ਦੁਖੀਆਂ ਦਾ ਸਹਾਰਾ ਦੂਜਾਂ ਨੂੰ ਮੜਾ ਆਖੇ ਓ ਦੂਜਾਂ ਨੂੰ ਮੜਾ ਆਖੇ ਤੇਰੇ ਮੂੰਹੋਂ ਜੱਜਦਾ ਨਹੀਂ ਜਾ ਰਾ ਫੈਂਸੀ ਸਮੈਕ ਦਾ ਤੱਬਾ ਤੇਰੇ ਤੇ ਲੱਗਦਾ ਓਏ ਯਾਰਾ ਫੈਂਸੀ ਸਮੈਕ ਦਾ ਤੱਬਾ ਤੇਰੇ ਤੇ ਲੱਗਦਾ ਓ ਜ਼ਾਰਾ ਜਮਲਾ ਜੱਟ ਵੀ ਸਾਈਕਲ ਉੱਤੇ ਗਾਉਣ ਲਈ ਜਾਂਦਾ ਸੀ ਓ ਜਮਲਾ ਜੱਟ ਵੀ ਸਾਈਕਲ ਉੱਤੇ ਗਾਉਣ ਲਈ ਜਾਂਦਾ ਸੀ ਅੱਜ ਦਾ ਤੂੰ ਹਿੱਟ ਗਾਇਕ ਕਿਉਂ ਪੰਜਾਰੋ ਵਿੱਚ ਆਉਣਾ ਬਈ ਅੱਜ ਦਾ ਤੂੰ ਹਟ ਗਾਇਕ ਕਿਉਂ ਪੰਜਾਰੋ ਵਿੱਚ ਆਉਣਾ ਬਈ ਬਾਬੇ ਜੋ ਰੱਬ ਨਾਲ ਜੋੜਨ ਬਾਬੇ ਜੋ ਰੱਬ ਨਾਲ ਜੋੜਨ ਉਹ ਨਹੀਂ ਮਾਰੇ ਹੋ ਸਕਦੇ ਨਸ਼ਾ ਛੱਡੋ ਨਾ ਕਿਸੇ ਨੂੰ ਨਿੰਦਣ ਰੱਬ ਦੇ ਪਿਆਰ ਹੋ ਸਕਦੇ ਹੋ ਨਸ਼ਾ ਛੱਡੋ ਨਾ ਕਿਸੇ ਨੂੰ ਨਿੰਦਣ ਰੱਬ ਦੇ ਪਿਆਰ ਹੋ ਸਕਦੇ ਟਡਰੀਆਂ ਵਾਲੇ ਬਾਬੇ ਨੇ ਓ ਟਡਰੀਆਂ ਵਾਲੇ ਬਾਬੇ ਨੇ ਬਹੁਤ ਸਿੰਘ ਸਜਾਏ ਨੇ ਟਡਰੀਆਂ ਵਾਲੇ ਬਾਬੇ ਨੇ ਬਹੁਤ ਸਿੰਘ ਸਜਾਏ ਨੇ ਪ੍ਰਚਾਰ ਕਰਕੇ ਲੋਕਾਂ ਤੇ ਪਰ ਉਪਕਾਰ ਕਮਾਏ ਨੇ ਲੱਖਾਂ ਕੁੜੀਆਂ ਵਿਆਹ ਕੇ ਪਰ ਉਪਕਾਰ ਕਮਾਏ ਨੇ ਹਾਂ ਲੱਖਾਂ ਕੁੜੀਆਂ ਵਿਆਹ ਕੇ ਪਰ ਉਪਕਾਰ ਕਮਾਏ ਨੇ